ਕਹਿੰਦਾ ਕਮਲੀ ਵਾਲਿਆ ਮੇਰਾ ਇੱਕ ਵਡੇਰਾ ਜਿਹਾ ਬਾਪੇ ਜਦੋਂ ਮੈਂ ਘਰੋਂ ਟੁਰਨ ਲਗਾਵਾਂ ਮੇਰਾ ਬਾਪ ਕਹਿੰਦਾ ਪੁੱਤਰ ਮੈਂ ਕਮਜ਼ੋਰ ਤੇਰੇ ਸਵਾ ਮੇਰਾ ਕੋਈ ਨਹੀਂ ਪੁੱਤਰ ਨਾ ਜਾਵੀ ਨੌਜਵਾਨ ਕਹਿੰਦਾ ਕਮਲੀ ਵਾਲਿਆ ਮੈਂ ਆਪਣੇ ਬਾਪ ਦੀ ਨਹੀਂ ਮੰਨੀ ਮੈਂ ਮਦੀਨੇ ਆ ਗਿਆ ਵਾਂ ਸੋਹਣਿਆ ਰਾਜ਼ੀ ਹੋ ਜਾ ਮੇਰੀ ਸਰਕਾਰ ਨੇ ਫਰਮਾਇਆ ਏ ਫਰਮਾਇਆ ਵਾਪਸ ਚਲਾ ਜਾ ਜਿਹੜੇ ਤੇ ਤੇਰਾ ਬਾਪ ਨਾਰਾਜ਼ ਏ ਸਮਝੀ ਮਦੀਨੇ ਵਾਲਾ ਵੀ ਨਾਰਾਜ਼ ਏ ਮੇਰੀ ਸਰਕਾਰ ਨੇ ਫਰਮਾਇਆ ਫਰਮਾਇਆ ਜਾ ਕੇ ਬਾਪ ਨੂੰ ਰਾਜ਼ੀ ਕਰ ਲੈ ਮਦੀਨੇ ਨਾ ਵੀ ਆਵੇਗਾ ਮਦੀਨੇ ਵਾਲਾ ਰਾਜ਼ੀ ਹੋ ਜਾਵੇਗਾ मदीने ना भी आवेगा तो मदीने वाला राजी जाके बाप नू राजी कर ले मदीने ना भी आवेगा तो मदीने वाला राजी हो जाएगा पता चलिया जिन्हें वेखना होवे कि साडे ते साडा नबी ते रब राजी है कि नहीं मुहब्बत दी निगाह नाल बाप दा चेहरा वेख लेवे रब भी राजी हो जाएगा मदीने वाला भी राजी मेरा मदनी क्यों नहीं आया शामा पै गया उन्हें ना चिर क्यों लाया शामा पै गया मेरा मदनी क्यों नहीं मिलके कह लो यार मेरा मदनी क्यों नहीं आया शामा पै गया ते उचिया लमिया लाल खजोरा ते कद जिना दे सा हमें जिस दम नाल प्रीत साड़ी जिस दम नाल प्रीत साड़ी सानू ओ दम नजरी नया वे शामा पै गया मेरा मदनी क्यों नहीं आया मिल के यार मेरा मदनी मेरा मदनी क्यों नहीं आया शामा पै गया तो टुर गया सानो कल्या छड़ के तेसी गलियां ते बिच रोले गे इक सुनिया तेरा प्यार न भुले इक सुनिया तेरा प्यार न भुले बाकी हर शै जगती भुल गए शामा पै गया मेरा मदनी क्यों नहीं आया शामा पै गया मेरा मदनी क्यों नहीं आया शामा पै गया ते गलियां मैनो सुंज दसी मने गलियां मैनो सुंज दसी बने ते बेरा था बनया हवे
ਫਰੀਦਾ ਉੱਥੇ ਕੀ ਜੀਣੇ ਗੁਲਾਮ ਫਰੀਦਾ ਉੱਥੇ ਕੀ ਜੀਣੇ ਗੁਲਾਮ ਫਰੀਦਾ ਉੱਥੇ ਕੀ ਜੀਣੇ ਜਿੱਥੇ ਯਾਰ ਨਸਰ ਨਾ ਆਵੇ ਸ਼ਾਮਾ ਪੈ ਗਿਆ ਮੇਰਾ ਮਦਨੀ ਕਿਉਂ ਨਹੀਂ ਆਇਆ ਸ਼ਾਮਾ ਪੈ ਗਿਆ ਮੇਰਾ ਮਦਨੀ ਕਿਉਂ ਨਹੀਂ ਆਇਆ ਸ਼ਾਮਾ ਪੈ ਗਿਆ ਅੱਲਾਹ ਰੱਬੁਲ ਇੱਜ਼ਤ ਦੀ ਹਮਦੋ ਸਨਾ ਤੋਂ ਬਾਅਦ ਨਹਾਇਤ ਹੀ ਵਾਜਬੁਲ ਇਹਤਰਾਮ ਬਜ਼ੁਰਗੋ ਦੋਸਤੋ ਭਾਈਓ ਨੌਜਵਾਨੋ ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁਹ ਮਾਸ਼ਾਅੱਲਾ ਅੱਜ ਦਾ ਇਹ ਪ੍ਰੋਗਰਾਮ ਜੋ ਸਾਡੇ ਨਾਨਾ ਜੀ ਇਸ ਦੁਨੀਆ ਫਾਨੀ ਤੋਂ ਚਲੇ ਗਏ ਦੁਆਏ ਕਿ ਅੱਲਾ ਪਾਕ ਮਰਹੂਮ ਦੀ ਕਾਮਿਲ ਬਖਸ਼ਿਸ਼ ਔਰ ਮਗਫਿਰਤ ਆ ਫਰਮਾ ਕੇ ਅੱਲਾ ਪਾਕ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਆਲਾ ਤੋਂ ਆਲਾ ਮੁਕਾਮ ਅਤਾ ਫਰਮਾਏ ਬੋਲੋ ਆਮੀਨ ਹਜ਼ਰਾਤ ਇਹ ਦੁਨੀਆ ਇੱਕ ਫਾਨੀ ਦੁਨੀਆ ਯਾਦ ਰੱਖਿਓ ਹਰ ਬੰਦੇ ਨੇ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜ਼ਰੂਰ ਜਾਣਾ ਹੈ ਜਿਹੜਾ ਬੰਦਾ ਵੀ ਦੁਨੀਆ ਤੇ ਆਇਆ ਹੈ ਉਹਨੇ ਆਪਣੇ ਵਕਤ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਕੇ ਇਸ ਦੁਨੀਆ ਤੋਂ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਹੈ ਕਿਉਂਕਿ ਮਾਲਕੇ ਕਾਇਨਾਤ ਨੇ ਕੁਰਾਨ ਅੰਦਰ ਅਟਲ ਫੈਸਲਾ ਫਰਮਾ ਦਿੱਤਾ ਹੈ ਕਿ ਮੌਤ ਦਾ ਜ਼ਾਇਕਾ ਹਰ ਨਫਸ ਨੇ ਚੱਖਣਾ ਹੈ ਮੌਤ ਇੱਕ ਐਸੀ ਚੀਜ਼ ਹੈ ਇਹਦੇ ਕੋਲ ਕੋਈ ਵੀ ਇਨਸਾਨ ਬਚ ਕੇ ਨਹੀਂ ਜਾ ਸਕਦਾ ਦੁਨੀਆ ਤੇ ਰਹਿ ਕੇ ਆਖਰਤ ਦੀ ਫਿਕਰ ਰੱਖਿਆ ਕਰੋ ਬਿਲਾ ਤਮਹੀਦ ਮੈਂ ਆਪਣੀ ਤਕਰੀਰ ਦੇ ਅੰਦਰ ਅਕਸਰ ਮਿਸਾਲ ਦੇਣਾ ਹੁੰਦਾ ਕਿ ਅਸੀਂ ਬੇਰੋਨੇ ਮੁਲਕ ਸਫ਼ਰ ਕਰਨਾ ਹੋਵੇ ਨਾ ਜਾਂ ਅਸੀਂ ਸਿਆਲਕੋਟ ਤੋਂ ਕਰਾਚੀ ਜਾਣਾ ਹੋਵੇ ਸਾਡੀ ਸੂਬਾ ਦੀ ਟਿਕਟ ਹੋਵੇ ਰਾਤ ਨੂੰ ਸਾਨੂੰ ਫਿਕਰ ਹੁੰਦੀ ਹੈ ਕਿ ਯਾਰ ਅਸੀਂ ਕੱਲ੍ਹ ਸਫ਼ਰ ਕਰਨਾ ਹੈ ਸੂਬਾ ਅਸੀਂ ਸਫ਼ਰ 'ਤੇ ਰਵਾਨਾ ਹੋਣਾ ਸਾਨੂੰ ਫਿਕਰ ਹੁੰਦੀ ਹੈ ਯਾਰ ਅਸੀਂ ਉਹਦੀ ਤਿਆਰੀ ਕਰ ਲਈਏ ਬੋਲੋ ਅੰਦਰਾ ਫਿਕਰ ਹੁੰਦੀ ਹੈ ਕਿ ਨਹੀਂ ਜਿਹਨੂੰ ਜਿਹਨੂੰ ਹੁੰਦੀ ਹੈ ਬੋਲੋ ਅੰਦਰਾ ਸਾਨੂੰ ਫਿਕਰ ਹੁੰਦੀ ਹੈ ਬਿਰੋਨੇ ਮੁਲਕ ਸਫ਼ਰ ਕਰਨਾ ਹੋਵੇ ਸਾਨੂੰ ਫਿਕਰ ਹੁੰਦੀ ਹੈ ਤਿਆਰੀ ਕਰ ਲਈਏ ਯਾਰ ਅਸੀਂ ਸਫ਼ਰ ਕਰਨਾ ਹੈ ਉਹ ਮੇਰੀ ਮਿਲਤ ਦੇ ਨੌਜਵਾਨੋ ਅਤੇ ਬਜ਼ੁਰਗੋ ਸਾਨੂੰ ਇਹ ਵੀ ਪਤਾ ਹੈ ਅਸੀਂ ਇੱਕ ਨਾ ਇੱਕ ਦਿਨ ਇਹ ਦੁਨੀਆ ਛੱਡ ਕੇ ਕਬਰ ਅੰਦਰ ਜ਼ਰੂਰ ਜਾਣਾ ਹੈ ਕਬਰ ਅੰਦਰ ਜ਼ਰੂਰ ਜਾਣਾ ਹੈ ਸਾਨੂੰ ਕਬਰ ਦੀ ਤਿਆਰੀ ਕਰਨੀ ਚਾਹੀਦੀ ਹੈ ਆਖਰ ਦੀ ਤਿਆਰੀ ਕਰਨੀ ਚਾਹੀਦੀ ਪਤਾ ਨਹੀਂ ਕਿਸ ਮੋੜ ਤੇ ਸਮਾਂ ਦੀ ਮਾਲਾ ਟੁੱਟ ਜਾਵੇ ਕਿਸ ਮੋੜ ਤੇ ਮੌਤ ਦਾ ਫਰਿਸ਼ਤਾ ਆ ਜਾਵੇ ਰੂਹ ਕਬਜ਼ ਕਰ ਲਵੇ ਅੱਜ ਸਾਡੇ ਕੋਲ ਵੇਲਾ ਹੈ ਮੌਤ ਦੀ ਤਿਆਰੀ ਕਰ ਲਵੋ ਆਖਰ ਦੀ ਤਿਆਰੀ ਕਰ ਲਵੋ ਯਾਰ ਦੁਨੀਆ ਤੇ ਰਹਿ ਕੇ ਨੇਕ ਅਮਾਲ ਕਰੋ ਚੰਗੇ ਕੰਮ ਕਰੋ ਪਤਾ ਨਹੀਂ ਕਿਹੜਾ ਸਾਡਾ ਨੇਕ ਅਮਾਲ ਅੱਲਾ ਨੂੰ ਪਸੰਦ ਆ ਗਿਆ ਦੁਨੀਆ ਵੀ ਬਿਹਤਰ ਹੋ ਜਾਣੀ ਆਖਰਤ ਵੀ ਬਿਹਤਰ ਹੋ ਜਾਣੀ ਅੱਲਾ ਨੇ ਸਾਨੂੰ ਸਭ ਤੋਂ ਵੱਡੀ ਨਿਮਤ ਮਾਂ ਬਾਪ ਅਤਾ ਫਰਮਾਏ ਨੇ ਅੱਲਾ ਨੇ ਫਰਮਾਇਆ ਉਹਨਾਂ ਦੇ ਨਾਲ ਅੱਛਾ ਸਲੂਕ ਕਰੋ ਅੱਛਾ ਵਰਤਾਓ ਕਰੋ ਅੱਜ ਉਹਨਾਂ ਕੋਲ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਂ ਬਾਪ ਦੁਨੀਆ ਤੋਂ ਚਲੇ ਗਏ ਨੇ ਇਸ ਸਾਲ ਕਈ ਲੋਕ ਹੱਜ ਕਰਕੇ ਆਏ ਨੇ ਉਹਨਾਂ ਕੋਲ ਜਾ ਕੇ ਪੁੱਛੋ ਸੋਦੀਆ ਵਾਲਿਆਂ ਤੁਹਾਨੂੰ ਕੋਈ ਸਰਟੀਫਿਕੇਟ ਦਿੱਤਾ ਕਿ ਤੁਹਾਡਾ ਹੱਜ ਕਬੂਲ ਹੋ ਗਿਆ ਗਿਆ ਨਹੀਂ ਉਹਨਾਂ ਕੋਲ ਪੁੱਛੋ ਅੱਜ ਕਰਕੇ ਆਏ ਹੋ ਇੰਨੇ ਲੱਖ ਰੁਪਈਏ ਲਾ ਕੇ ਹੱਜ ਕਰਨ ਗਏ ਸੋ ਸੋਦੀਆ ਵਾਲਿਆਂ ਤੁਹਾਨੂੰ ਕੋਈ ਸਾਈਨ ਕਰਕੇ ਦਿੱਤੇ ਹੁਣ ਤੁਹਾਡਾ ਹੱਜ ਕਬੂਲ ਹੋ ਗਿਆ ਨਹੀਂ ਇਹਦੀ ਗਰੰਟੀ ਮੇਰੇ ਤੇ ਤੇਰੇ ਨਬੀ ਨੇ ਦਿੱਤੀ ਹੈ ਬੋਲੋ ਯਾਰ ਸੁਭਾਨ ਅੱਲਾ ਇਹਦੀ ਗਰੰਟੀ ਮੇਰੇ ਤੇ ਤੇਰੇ ਨਬੀ ਨੇ ਦਿੱਤੀ ਹੈ ਮੇਰੇ ਨਬੀ ਨੇ ਫਰਮਾਇਆ ਕਿ ਆਪਣੇ ਮਾਂ ਬਾਪ ਦੇ ਚਿਹਰੇ ਨੂੰ ਮੁਹੱਬਤ ਦੀ ਨਿਗਾਹ ਨਾਲ ਹੀ ਵੇਖ ਲਵੇਂਗੇ ਨਾ ਰੱਬ ਤੈਨੂੰ ਮਕਬੂਲ ਹੱਜ ਤੇ ਉਮਰੇ ਦਾ ਸਵਾਬ ਦੇ ਦੇਗਾ ਹਜ਼ਰਾਤ ਮਾਂ ਦੇ ਕਦਮਾਂ ਦੇ ਥੱਲੇ ਜੰਨਤ ਤੇ ਬਾਪ ਜੰਨਤ ਦਾ ਦਰਵਾਜ਼ਾ ਹੈ ਬਾਪ ਜੰਨਤ ਦਾ ਦਰਵਾਜ਼ਾ ਹੈ ਹਜ਼ਰਤ ਇਮਾਮ ਅਹਿਮਦ ਰਜ਼ਾ ਖਾਂ ਫਾਜ਼ਲੇ ਬਰੇਲਵੀ ਆਪ ਨੇ ਆਪਣੀ ਕੁਤਬ ਅੰਦਰ ਤਵਾ ਰਜ਼ਵੀਆ ਦੇ ਅੰਦਰ ਇੱਕ ਹਦੀਸ ਪਾਕ ਜਿਹੜਾ ਨਾ ਨਕਲ ਫਰਮਾਈ ਉਹਦਾ ਮਹਿਫੂਮ ਮੈਂ ਬਿਆਨ ਕਰਨ ਲੱਗਾ ਹਜ਼ਰਤ ਇਮਾਮ ਅਹਿਮਦ ਰਜ਼ਾ ਖਾਂ ਫਾਜ਼ਲੇ ਬਰੇਲਵੀ ਆਪ ਲਿਖਦੇ ਨੇ ਕਿ ਮੁਲਕੇ ਸ਼ਾਮ ਦਾ ਇੱਕ ਨੌਜਵਾਨ ਸੀ ਮੁਲਕੇ ਸ਼ਾਮ ਦਾ ਨੌਜਵਾਨ ਸੀ ਉਹਨੂੰ ਕਿਸੇ ਦੱਸਿਆ ਕਿ ਮਦੀਨੇ ਇੱਕ ਨਬੀ ਰਹਿੰਦਾ
और राजी हो जावे ते रब राजी हो जांदा है। बोलो यार सुभान अल्लाह। ओ राजी हो जावे ते रब राजी हो जांदा है। नौजवान कहन लगा ओ ते रब पता नहीं साडियां अदावां तू राजी होवे या ना होवे, मदीने जाके मदीने वाला राजी कर लेने रब राजी हो जावेगा, रब राजी हो जावेगा। मदीने पहुंचया, सफर कीता, मां बाप को इजाजत लई, मदीने दी गलियां च आया ना ते मदीने दी गली दे कोल खलो के कहंदा इत्थे कोई मुहम्मद वसदा है, इत्थे कोई मुहम्मद वसदा है। मेरे नबी दी बारगाह दे अंदर गया, जाके कहंदा कमली वाले आ बड़ी दूरों आया सोनिया राजी हो जा, मैं सुनिया मदीने एक नबी वसदा है, अगर वो राजी हो जावे खुदा राजी हो जांदा है। मेरे नबी दी बारगाह दे अंदर हाथ जोड़ कर करदा कहंदा कमली वाले आ बड़ी दूरों आया सोनिया राजी हो जा, मेरे नबी करीम ने कलमा पढ़ाया मुसलमान कीता है। मेरी सरकार ने फरमाया फरमाया दस तेरे घर दे हालात की ने, कहंदा कमली वाले आ मेरा एक वड्डे राजा बापे जदू मैं घरों टुरन लगावा, मेरा बाप कहंदा पुत्र मैं कमजोर तेरे समा मेरा कोई नहीं, पुत्र ना जावी। नौजवान कहंदा कमली वाले आ मैं अपने बाप दी नहीं मननी, मैं मदीने आ गया वा सोनिया राजी हो जा। मेरी सरकार ने फरमाया है फरमाया वापस चला जा, जड़ते तेरा बाप नाराज है समझी मदीने वाला भी नाराज है। मेरी सरकार ने फरमाया फरमाया जाके बाप नु राजी कर ले, मदीने ना भी आवेगा मदीने वाला राजी हो जावेगा। हजूर ने फरमाया मदीने ना भी आवेगा तो मदीने वाला राजी हो जावेगा, जाके बाप नु राजी कर ले, मदीने नाम ही आवेगा तो मदीने वाला राजी हो जावेगा। पता चलिया जिन्हें वेखना होवे कि साढ़े ते साढ़ा नबी ते रब राजी है कि नहीं, मुहब्बत दी निगाह नाल बाप दा चेहरा वेख लवे रब भी राजी हो जावेगा, मदीने वाला भी राजी है, मदीने वाला भी राजी हो जावेगा। हजरात बाप सीना दुआ की, अल्लाह मैनू पुत्र अता फरमा, मैं तेरा घर मस्जिद बनावांगा। अल्लाह ने चार पुत्र अता फरमाए, किसी ने डॉक्टर, किसी ने इंजीनियर, किसी ने वकील बना दिता। छोटा सी ना जरा चौथे नंबर ते उन्होंने हाफ़िज़ कुरान बना दिता। ओ मेरी मिल्लत दे नौजवानों ते बुजुर्गों सबक याद करके जाया जे, जदों तुसी मर जाने जेड़ा तुहाडा पुत्र नौकरी ते है खाओ डॉक्टर है वकील है इंजीनियर है, तुहाडी कबर ते जाके रब की बारगाह के अंदर अर्ज करेगा या अल्लाह मैं डिग्री लैके आया, मैं ये फलानी चीज लैके आया, मैं इंजीनियर बन गया डॉक्टर बन गया, या अल्लाह एदा सवाब मेरे माँ बाप नू पहुँचा दे। रब कहेगा ना ना कुरान पढ़े तो दस मैं तेरे माँ बाप नू बख्श देवांगा। अपनी औलाद नू हाफ़िज़ कुरान बनाओ, कुरान की तलीम दवो ताकि जदों तुसी दुनिया तो जाओ तुहाडी औलाद तुहाडी कबर ते खलो के फातिहा पढ़ सके। छोटे नू ने हाफ़िज़ कुरान बना दिता, वेला आ गया पुत्रां नू इकट्ठियां कीता, पुत्र मैं दुआ कीती सी अल्लाह पुत्र अता फरमा मैं तेरा घर मस्से बनावांगा। अब्बा जी ठीक है बनाओ, बिल्डिंग तैयार हो गई, फिर पुत्रां नू इकट्ठियां कीता। तवज्जो फरमाना माँ बाप का मुकाम की है, माँ बाप की शान की है, पुत्रां नू इकट्ठियां कीता, पुत्र मैं दुआ कीती सी अल्लाह मैनू पुत्र अता फरमा मैं तेरा घर मस्जिद बनावांगा ते तेरे घर दी मस्जिद दी छत ते मट्टी जन्नत दी लावांगा। बोलो सुभान अल्लाह, कादी मट्टी लावांगा जन्नत दी मट्टी लावांगा, कादी पुत्र हैरान जन्नत दी मट्टी कित्थों आ गई दुनिया दे उत्ते, जेड़ा हाफ़िज़ कुरान से ना छोटा ओ बोलिया
ਉਹ ਬੋਲਿਆ ਕਹਿੰਦਾ ਬਾਜੀ ਮੈਨੂੰ ਇਜਾਜ਼ਤ ਦਵੋ ਜੰਨਤ ਦੀ ਮੱਟੀ ਮੈਂ ਲੈ ਕੇ ਆਵਾਂ ਕਹਿੰਦਾ ਬਾਜੀ ਮੈਨੂੰ ਇਜਾਜ਼ਤ ਦੇਵੋ ਜੰਨਤ ਦੀ ਮੱਟੀ ਮੈਂ ਲੈ ਕੇ ਆਵਾਂਗਾ ਹੱਥ ਕੁਰਾਨ ਉੱਠੇ ਆਪਣੇ ਘਰ ਦੇ ਅੰਦਰ ਗਿਆ ਏ ਜਾ ਕੇ ਵੇਖਦਾ ਚਾਰ ਪਾਈ ਤੇ ਮਾਂ ਬੈਠੀ ਏ ਅਰਜ਼ ਕਰਦਾ ਅੰਮਾ ਜ਼ਰਾ ਵੇਰੇ ਚ ਪੈਰ ਰੱਖਿਆ ਜੇ ਮਾਂ ਵੇਰੇ ਚ ਪੈਰ ਰੱਖਦੀ ਏ ਅੱਜ ਕੁਰਾਨ ਮਾਂ ਦੇ ਕਦਮਾਂ ਦੇ ਥੱਲੋ ਮੱਟੀ ਉਠਾਉਂਦਾ ਉਠਾ ਕੇ ਛਾਪੇ ਅੰਦਰ ਪਾ ਲੈਂਦਾ ਏ ਮੱਟੀ ਲੈ ਕੇ ਅੱਬੇ ਦੀ ਖਿਦਮਤ ਦੇ ਅੰਦਰ ਆਇਆ ਏ ਕਹਿੰਦਾ ਅੱਬਾ ਮੈਂ ਜੰਨਤ ਦੀ ਮੱਟੀ ਲੈ ਆਇਆ ਮੈਂ ਜੰਨਤ ਦੀ ਮੱਟੀ ਲੈ ਆਇਆ ਵਾਂ ਬਾਪ ਵੀ ਹੈਰਾਨ ਤਿੰਨੋ ਪੁੱਤਰ ਵੀ ਹੈਰਾਨ ਨੇ ਕਹਿੰਦੇ ਨੇ ਤੂੰ ਜੰਨਤ ਦੀ ਮੱਟੀ ਕਿੱਥੋਂ ਲੈ ਕੇ ਆ ਗਿਆ ਏ ਕਹਿੰਦਾ ਅੱਬਾ ਮੈਂ ਜੰਨਤ ਦੀ ਮੱਟੀ ਕਿੱਧਰੋਂ ਦੂਰੋਂ ਨਹੀਂ ਲੈ ਕੇ ਆਇਆ ਮੈਂ ਜੰਨਤ ਦੀ ਮੱਟੀ ਕਿੱਧਰੋਂ ਬਾਜ਼ਾਰੋਂ ਨਹੀਂ ਲੈ ਕੇ ਆਇਆ ਮੈਂ ਜੰਨਤ ਦੀ ਮੱਟੀ ਆਪਣੇ ਘਰੋਂ ਹੀ ਲੈ ਕੇ ਆਇਆ ਮੈਂ ਜੰਨਤ ਦੀ ਮੱਟੀ ਆਪਣੇ ਘਰੋਂ ਹੀ ਲੈ ਕੇ ਆਇਆ ਵਾਂ ਬਾਪ ਕਹਿੰਦਾ ਪੁੱਤਰ ਸਾਡੇ ਘਰ ਜੰਨਤ ਦੀ ਮੱਟੀ ਕਿੱਥੋਂ ਆ ਗਈ ਏ ਆਪ ਜੇ ਕੁਰਾਨ ਕਹਿੰਦਾ ਕਹਿੰਦਾ ਅੱਬਾ ਮੇਰੇ ਉਸਤਾਦਾਂ ਨੇ ਫਰਮਾਇਆ ਮੈਂ ਆਪ ਦੇ ਕੁਰਾਨ ਮੇਰੇ ਉਸਤਾਦਾਂ ਨੇ ਫਰਮਾਇਆ ਮਾਂ ਦੇ ਕਦਮਾਂ ਦੇ ਥੱਲੇ ਜੰਨਤ ਏ ਬਾਪ ਜੰਨਤ ਦਾ ਦਰਵਾਜ਼ਾ ਏ ਜਿਹੜੀ ਮੱਟੀ ਮਾਂ ਦੇ ਕਦਮਾਂ ਨੂੰ ਲੱਗ ਜਾਵੇ ਉਹ ਮੱਟੀ ਜੰਨਤ ਦੀ ਮੱਟੀ ਆਉਂਦੀ ਏ ਉਹ ਮੱਟੀ ਜੰਨਤ ਦੀ ਮੱਟੀ ਹੁੰਦੀ ਏ ਮਾਂ ਦੇ ਕਦਮਾਂ ਦੇ ਥੱਲੇ ਜੰਨਤ ਤੇ ਬਾਪ ਜੰਨਤ ਦਾ ਦਰਵਾਜ਼ਾ ਹੈ ਮਾਂ ਵਾਲੀ ਜੰਨਤ ਤੇ ਤਾਂ ਹੀ ਜਾਵੇਗਾ ਜੇ ਬਾਪ ਦੇ ਦਰਵਾਜ਼ੇ ਚੋਂ ਗੁਜ਼ਰ ਕੇ ਜਾਏ ਬਾਪ ਹੀ ਨਾ ਰਾਜ਼ੀ ਹੋਇਆ ਤੇ ਜੰਨਤ ਵਿੱਚ ਕਿਵੇਂ ਜਾਵੇਗਾ ਪਤਾ ਚੱਲਿਆ ਕਿ ਬਾਪ ਜੰਨਤ ਦਾ ਦਰਵਾਜ਼ਾ ਹੈ ਜਿਹਨੇ ਵੇਖਣਾ ਹੋਵੇ ਸਾਡੇ ਤੇ ਰੱਬ ਰਾਜ਼ੀ ਹੈ ਜਾਂ ਉਹਦਾ ਮਹਿਬੂਬ ਰਾਜ਼ੀ ਹੈ ਜਾਂ ਨਹੀਂ ਆਪਣੇ ਬਾਪ ਕੋਲੋਂ ਪੁੱਛ ਲਵੇ ਅੱਬਾ ਜੀ ਤੁਸੀਂ ਰਾਜ਼ੀ ਹੋ ਜੇ ਉਹ ਰਾਜ਼ੀ ਨੇ ਤੇ ਖੁਦਾ ਵੀ ਰਾਜ਼ੀ ਹੈ ਕਮਲੀ ਵਾਲਾ ਵੀ ਰਾਜ਼ੀ ਹੈ ਹਜ਼ਰਤ ਅੱਜ ਉਹਨਾਂ ਕੋਲ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਂ ਬਾਪ ਦੁਨੀਆ ਤੋਂ ਚਲੇ ਗਏ ਨੇ ਜਦੋਂ ਰਾਤ ਨੂੰ ਘਰ ਆਉਂਦੇ ਨੇ ਮਾਂ ਦਾ ਚਿਹਰਾ ਨਜ਼ਰੀ ਨਹੀਂ ਆਉਂਦਾ ਬਾਪ ਦਾ ਸਾਇਆ ਨਜ਼ਰੀ ਨਹੀਂ ਆਉਂਦਾ ਅੱਜ ਉਹਨਾਂ ਕੋਲ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਂ ਬਾਪ ਦੁਨੀਆ ਤੋਂ ਚਲੇ ਗਏ ਨੇ ਜਦੋਂ ਰਾਤ ਨੂੰ ਘਰ ਆਉਂਦੇ ਨੇ ਮਾਂ ਦਾ ਚਿਹਰਾ ਨਜ਼ਰੀ ਨਹੀਂ ਆਉਂਦਾ ਬਾਪ ਦਾ ਸਾਇਆ ਨਜ਼ਰੀ ਨਹੀਂ ਆਉਂਦਾ ਫਿਰ ਮਾਂ ਬਾਪ ਨੂੰ ਯਾਦ ਕਰਕੇ ਰੋਂਦੇ ਨੇ ਤੇ ਕਹਿੰਦੇ ਨੇ ਤੂੰ ਟੁਰ ਗਈ ਕਿਹੜੇ ਦੇਸਣੀ ਮਾਏ ਤੂੰ ਟੁਰ ਗਈ ਕਿਹੜੇ ਦੇਸਣੀ ਮਾਏ ਸੁੰਜੇ ਹੋ ਗਏ ਬੇੜੇ ਨੀ ਮਾਏ ਤੂੰ ਟੁਰ ਗਈ ਕਿਹੜੇ ਦੇਸਣੀ ਮਾਏ ਸੁੰਜੇ ਹੋ ਗਏ ਬੇੜੇ ਮਿਲ ਕੇ ਕਹਿ ਲਵੋ ਯਾਰ ਤੂੰ ਟੁਰ ਗਈ ਕਿਹੜੇ ਦੇਸਣੀ ਮਾਏ ਸੁੰਜੇ ਹੋ ਗਏ ਬੇੜੇ ਨੀ ਮਾਏ ਅੱਜ ਮਾਂ ਬਾਪ ਦਾ ਅਦਬ ਕਰ ਲੋ ਰੱਬੇ ਕਹਿਣਾ ਦੀ ਕਸਮ ਏ ਜਦੋਂ ਇਹ ਦੁਨੀਆ ਤੂੰ ਚਲੇ ਜਾਣ ਇਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਮਾਂ ਬਾਪ ਦੁਨੀਆ ਤੂੰ ਚਲੇ ਗਏ ਨੇ ਜ਼ਿੰਦਗੀਆਂ ਅਦਾਬ ਬਣ ਜਾਂਦੀਆਂ ਨੇ ਅੱਜ ਵੇਲੇ ਮਾਂ ਦਾ ਅਦਬ ਕਰ ਲੋ ਬਾਪ ਦਾ ਇਤਰਾਮ ਕਰ ਲਵੋ ਅੱਜ ਜਿਨ੍ਹਾਂ ਦੇ ਚਲੇ ਗਏ ਨੇ ਪੁੱਛ ਕੇ ਵੇਖੋ ਰਾਤ ਨੂੰ ਰੋਂਦੇ ਨੇ ਤੇ ਨਾਲੇ ਰੋ ਰੋ ਕੇ ਕਹਿੰਦੇ ਨੇ ਤੂੰ ਟੁਰ ਗਈ ਕਿਹੜੇ ਦੇਸਣੀ ਮਾਏ ਸੁੰਜੇ ਹੋ ਗਏ ਬੇੜੇ ਨੀ ਮਾਏ ਤੂੰ ਟੁਰ ਗਈ ਕਿਹੜੇ ਦੇਸਣੀ ਮਾਏ ਸੁੰਜੇ ਹੋ ਗਏ
बेड़े नी माए फिर ना मिलया मिठा पानी लगा कुएं गेड़े नी माए अदरा जदू बाप मर जान जवान पुत्र दीवारा दे नाल लग लग के रोल देने आज मामू जी अमजद मामू जी अशरफ इन्हां दे बाप चले गए ने इन्हां कोल पुछ के वेखो बाप दा मुकाम की है जदू बाप मर जान वड्डा वीर छोटे वीर नू कहंदे कहंदा वीरा चुप कर जा बाप टुन गए मैं तेनू वीरा वर्गा भी प्यार दवांगा बाप वर्गा भी प्यार दवांगा इसे बात रूमिए कश्मीर ने फरमाया आप फरमांदे ने वीर वीरां दे दर्दी होंदे वीर वीरां दे दर्दी होंदे ते वीर वीरां दियां बाहवां बापे सिर दा ताज मुहम्मद ते मावां टटियां चा हवा ਉਹਨਾਂ ਕੋਲੋਂ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਂ ਬਾਪ ਦੁਨੀਆਂ ਤੋਂ ਚਲੇ ਗਏ ਨੇ ਕਿ ਮਾਂ ਬਾਪ ਦਾ ਮੁਕਾਮ ਕੀ ਹੈ ਮਾਂ ਬਾਪ ਦੀ ਅਜ਼ਮਤ ਕੀ ਹੈ ਮੇਰੀ ਮਿਲਤ ਦੇ ਨੌਜਵਾਨੋ ਤੇ ਬਜ਼ੁਰਗੋ ਮਾਂ ਬਾਪ ਦਾ ਅਦਬ ਕਰਿਆ ਕਰੋ ਉਹਨਾਂ ਦਾ ਇਹਤਰਾਮ ਕਰਿਆ ਕਰੋ ਰੱਬੇ ਕਾਇਨਾਤ ਦੀ ਕਸਮ ਹੈ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਦੇ ਉੱਤੇ ਚਲੇ ਜਾਓ ਦੁਨੀਆਂ ਦੀ ਹਰ ਚੀਜ਼ ਮਿਲ ਜਾਵੇਗੀ ਲੇਕਿਨ ਮਾਂ ਬਾਪ ਇੱਕ ਐਸੀ ਨਿਮਤ ਹੈ ਇੱਕ ਵਾਰੀ ਦੁਨੀਆਂ ਤੋਂ ਚਲੇ ਜਾਣ ਤੇ ਦੁਬਾਰਾ ਨਹੀਂ ਮਿਲਦੇ दोबारा नहीं मिलते अज इन्हां दा एहतराम करो इन्हां कोल दुआ लिया करो रब्बे कायनात दी कसम जेड़े मां बाप दे दिल चो दुआ औलाद वास्ते निकलदी है ना ओ औलाद नूं किसे भी मैदान च नाकाम नहीं होण देंदी नाकाम नहीं होण देंदी किसे भी मैदान अंदर ओ दुआ जेड़ी मां बाप दे दिल विच औलाद वास्ते निकलदी है कदी भी रब दे दरबार च नाकाबले कबूल नहीं होंदी कबूल ही होंगी है लेकिन है कि उन्होंने को दुआ लिया करो उन्हों का अदब करया करो उन्हों का एहतराम करया करो हैं और ये महीना मुहर्रम उल हराम का महीना है हजूर की अल बैत के हवाले के नाल एक दो गल करके इंशाला फिर इजाजत चाहवांगे हजूर अली सलातो सलाम की अल बैत अल्लाह ने अपने महबूब के घराने बड़िया शाना अता फरमाइया ने अपने महबूब के घराने बड़िया शाना अता फरमाइया साढ़े बारह हो गए ने इंशाला चालिया मिनटा ते अपनी तकरीर छड़ देवांगे अल्लाह ने अपने महबूब के घराने बड़िया शाना अता फरमाइया बड़िया अजमत अता फरमाइया हजूर के घराने का जिक्र करिए असी भी पाक हो जाने वह आप ही पाक ने उन्हों का जिक्र करिए रब सानू भी पाक कर देता है जिस अली दा चेहरा वेखना इबादत है चेहरा ते किते रहा उस अली दा जिक्र करना भी इबादत है हैं आओ दराते दिमाकार काल अल्लाह तबारक व तआला फिल कुरान अल मजीद वल फुरकान लिल अमीद बिस्मिल्लाह रहमान परवरदिगार ने फरमाया इन्नमा युरीदुल्लाहु लियुज़हिबा अन्कुम रिज्सा अहलल बैत व युतहिरकुम तत्हीरा परवरदिगार ने फरमाया कमली वाले असी तेरे घराने नु नपा पाक पैदा फरमाया
असी तेरे घराने तो अरन पाकी नू दौर फरमा दिता है। मालिक कायनात ने फरमाया फरमाया कमली वाले असी तेरे घराने नू पाक ते साफ पैदा फरमाए। मेरी सरकार ने रब्बे कायनात दी बारगाह दे अंदर दुआ की मौला मेरी अहले बैत नू पाक ते साफ कर दे। अल्लाह ने फरमाया कमली वाले असी तेरी अहले बैत नू इन्ना क पाक ते साफ पैदा फरमाए। जिना जिना तेरी अहले बैत दा जिक्र करेगा मैं रब ओनू भी पाक फरमा देवांगा। हजूर दा घराना ते ऐसा घराना है कि उन्हां दे दरवाजे ते साले भी आ जावे ना खुद फाका बर्दाश्त कर लेंदे ने लेकिन मंगते नू खाली नहीं भेजदे। मैं मीरात मनाजी दे अंदर पढ़े हजरत मुफ्ती अहमद यार खान नईवी आपने मशकात शरीफ की शरह लिखी मीरात मनाजी के अंदर आप फज़ाइल अहले बैत के अंदर लिखते हैं कि हजरत अली के दरवाजे ते मंगता आया दरवाजे ते दस्तो कोई उन्होंने शान दसन लगा उन्होंने मुकाम की है खुद फाका बर्दाश्त कर लेंगे ने लेकिन दरवाजे ते कोई मंगता आवे तो उन्होंने खाली बोलो जरा खाली नहीं भेजते। आपने अहादीस नकल फरमाइया फरमाते ने कि हजरत अली दे दरवाजे ते ना साहिल आया मंगता दस्तो कोई पूछया कौन हजूर गरीब आ खाने वास्ते कुछ नहीं कुछ ना कुछ अता करो। आपने अपने मुरीद नु बुलाया आपने फरमाया घर दे अंदर कितने दिनार ने घर दे अंदर कितने दिनार ने। मुरीद कहने लगा हजूर 2000 दिनार मौजूद ने लेकिन वो ते अहले बैत दे अखराजात वास्ते ने। हजरत मौला अली शेर खुदा रदी अल्लाह तआला अन्हो आपने फरमाया 2000 दिरहम लिया के उस मंगते नु दे दे उस मंगते नु दे दे उस मंगते नु देवांगे रब राजी हो जाएगा। जे रब राजी हो गया सारा जग राजी हो जाएगा। ए शान है हजूर दी अहले बैत दी ए मुकाम है हजूर दी अहले बैत दा। हजरात करबला दे मैदान अंदर ना जदों हजरत मौला अली ने अपने पुत्रां नू शहीद करवा दिता आखिर ते खुद तैयार होए ना ते आप दी छोटी बेटी हजरत सकीना अपने रोन लग पई अब्बे दे कोल आईयां कहंदियां ने अब्बा जी मैनूं ए दसो कि यतीम किन्नू कहंदे ने यतीम। मैं खैमे अंदर सन लोग गल्लां पे करदे सन अज सकीना ने यतीम हो जाना है। हजरत सईदा सकीना मेरे मामे अली मुकाम दी नन्नी जी बेटी कहंदियां ने बाबा मैनू जरा दस्या जे यतीम किन्नू कहंदे ने। मैं खैमे अंदर बैठी सा पुखो गल्लां पे करदी सी अज सकीना ने यतीम हो जाना है कहंदियां ने बाबा मैनू जरा दस्या जे यतीम किन्नू कहंदे ने। आ मेरे नबी दे गुलामा जिहड़ा जुमला मेरे इमाम अली मुकाम ने फरमाया सुनेगा तड़प जावेगा मेरे इमाम दी बेटी कहंदी है कहंदी है बाबा जरा दस्या जे यतीम किन्नू कहंदे ने। मेरे इमाम अली मुकाम ने फरमाया फरमाया बेटा जिदा बाप मर जावे ओ पुत्र यतीम हो जांदा है जिदा बाप मर जावे ओ बेटी यतीम हो जांदी है। इस बात मियां साहब ने फरमाया आ फरमांदे ने बाप मरे सिर नंगा होवे बाप मरे सिर नंगा होवे ते वीर मरने कन खाली मामा पाजे मुहम्मद बख्शा कौन करे रखवा अली। हजरात दी वकार
दुआ है कि अल्लाह पाक सानू दुनिया तरह के हजूर अली सलातो सलाम दी अहले बैत नाल प्यार करने दी तौफीक अता फरमाए। और मेरी मिल्लत दे नौजवानों ते बुजुर्गो आखिर ते पैगाम यही है कि अज औलाद नाफरमान निकल आए। लोग कहंदे ने उलमा दा कसूर है, मैं कहना उलमा दा कसूर नहीं। सब तो पहला कसूर उस बाप दा जिन्हें अपनी औलाद नू आई काम बी काम सी काम डी काम बल्कि हराम काम सारे सिखाए नहीं सिखाया ते मोहम्मद अरबी दा दीन नहीं सिखाया। अज साडी औलाद ने हर चीज याद रखी नहीं रखिया ते हजूर दा दीन याद नहीं रखिया, नहीं रखिया ते कुरान याद नहीं रखिया। अड़ी औलाद ने हर चीज याद रखी यार, जिस बच्चे नू अबिल वालिदैन एहसान दा तर्जमा ही नहीं आंदा उन्हूं की पता होवे कि बाप दे चेहरे नू वेखना मकबूल हज दा सवाब है। अपनी औलाद नू हाफ़िज़ कुरान बनाओ, कुरान दी तालीम दवो ताकि जो तुसी दुनिया तो जाओ तुहाडी औलाद तुहाडी कब्र ते खलो के फातिहा पढ़ सके कुरान पढ़ सके। बाप सी ना फोत हो गया, ओदी बीवी दे शिकम अंदर बच्चा पैदा होने वाला सी, उन्हें नसीहत की कि बच्चा पैदा होया इनू मदरसे अंदर दाखिल करवा दें। बाप कबर अंदर माजल्ला उन्हें अजाब हो रहा है, बच्चा पैदा होया जवान होया, माँ ने बच्चे नू मस्जिद अंदर भेजे कारी साहब दे कोल कुरान पढ़ावन वास्ते। बाप नू माजल्ला अजाब हो रहा कबर अंदर जो बच्चे ने जाके मस्जिद अंदर कारी साहब दे कोल पढ़िया ना कि बिस्मिल्लाहिर्रहमानिर्रहीम। अल्लाह ने फरमाया मेरी रहमत ने गवारा ही नहीं किया कि एदा पुत्र मैनू रहीम ते करीम आखे मैं एदे बाप नू अजाब देवा, एदा पुत्र मेरी हमदो सना बयान करे मैं इनू अजाब देवा। अल्लाह ने फरमाया एदे पुत्र ने मेरी तारीफ की मैं एदे गुनाहों नू मुआफ करके इनू जन्नत अता कर दी। अपनी औलाद नू हाफ़िज़ कुरान बनाओ, दीन की तालीम दो ताकि मरण तो बाद तुहाडी औलाद तुहाडी कबर ते खलो के फातिहा पढ़ सके। अज अपने कब्रस्तान के अंदर वेख लो कई कई लोग चले गए ने जेडे कहंदे सी मैं तेरा यार हाँ मैं तेरा यार हाँ, मैनू मरण तो पहला आवाज़ मारी मैं तेरे करीब आ जावांगा। अज वेख लो कबर सुनसान पईआं ने। मैं कहना होना दुनिया ते रह के यारी अल्लाह ते अल्लाह के महबूब के नाल ला लवो जिन्हें दुनिया ते भी काम आना ते आखरत वाले दिन भी काम आना है। दुनिया का यार जिड्डा मर्जी चंगा होवे ना उहदी यारी कबर तक महदूद रहिंदी है, कबर तो बाद उहदी यारी खत्म हो जाती है। पता नहीं साल साल गुजर जाते हैं कबर ते फातिहा भी पढ़न आवे या ना आवे, हैं फातिहा भी पढ़न आवे या ना आवे। कोई इरक बिड़क होंदी ने तो हजरत मियाँ मुहम्मद बख्श ने आपने जुमले तब्दील कर जाने सन, आपने सेवा ते फरमाया फरमान ने सह सह जोड़े संगत ते डिठे सह सह जोड़े संगत ते डिठे आखर विता पया जिन्ना बाजो एक पल नहीं सी लंघेदा जिन्ना बाजो एक पल नहीं सी लंघेदा अजो शक नहीं याद नरिया अज रात जी वकार दुआ है कि अल्लाह पाक साढ़े नाना जान की कामिल बख्शिश और मगफिर अता फरमा के अल्लाह पाक उन्होंने जन्नत उल फिरदौस आला तो आला मुकाम अता फरमाए। और अल्लाह पाक सानू दुनिया ते रह के आखरत की तैयारी करने की तौफीक अता फरमाए।